मध्यप्रदेश होवे राजस्थान होवे छत्तीसगढ़ होवे सारे صوبਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਬਹੁਮਤ ਦਿੱਤਾ ਇਥੋਂ ਤੱਕ ਪెలੰਗਾਨਾ ਅੰਦਰ ਵੀ 8 ਤੋਂ ਜ਼ਿਆਦਾ ਸੀਟਾਂ ਦੇ ਬੀਜਪੀ ਜਿੱਤ ਰਹੀ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਵੋਟਾਂ ਦੇ ਅੰਦਰ ਇਜ਼ਾਫਾ ਹੋਇਆ ਹੈ ਜਿਹਦੀ ਮੈਂ ਵਧਾਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਔਰ ਭਾਰਤੀ ਜਨਤਾ ਪਾਰਟੀ ਦੇ ਮੂਲ ਤੇ ਕਾਰਜਕਰਤਾ ਤੱਕ ਦੇ ਸਭ ਨੂੰ ਵਧਾਈ ਦਿੰਦਾ ਹੈ ਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਾ ਹੈ ਇਹ ਜਿੱਤ ਦੇਸ਼ ਦੇ ਲੋਕਾਂ ਦੀ ਜਿੱਤ ਹੈ ਦੇਸ਼ ਅੱਗੇ ਵਧ ਰਿਹਾ ਹੈ ਸੁਭਾਗ ਅੱਗੇ ਵਧ ਰਹੇ ਨੇ ਔਰ ਉਹਨਾਂ ਨੇ ਮੋਦੀ ਜੀ ਦੀ ਗਰੰਟੀ ਤੇ ਵਿਸ਼ਵਾਸ ਜਤਾਇਆ ਹੈ ਜਿਹੜੀ ਗੱਲ ਮੋਦੀ ਜੀ ਕਹਿੰਦੇ ਸੀ ਮੇਰਾ ਮੋਦੀ ਦਾ ਮਤਲਬ ਗਰੰਟੀ ਲੋਕਾਂ ਨੇ ਮੰਨਿਆ ਹੈ ਦੂਜੇ ਪਾਸੇ ਕਾਂਗਰਸ ਦੀ ਔਰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸੀ ਦੋਵਾਂ ਦੀਆਂ ਗਰੰਟੀਆਂ ਨੂੰ ਲੋਕਾਂ ਨੇ ਕਾਗਜ਼ ਤੋਂ ਹੀ ਹੌਲਾ ਸਮਝ ਕੇ ਚੁੱਕ ਕੇ ਡਸਟਬਿਨ ਸੁੱਟ ਦਿੱਤਾ ਇਹ ਨਾ ਕੇਵਲ 2023 ਦੀ ਵਿਧਾਨ ਸਭਾ ਦੀ ਚੋਣ ਆ ਬਲਕਿ 2024 ਦੇ ਅੰਦਰ ਬੀਜਪੀ 400 ਤੋਂ ਵੱਧ ਸੀਟਾਂ ਦੇ ਨਾਲ ਆਊਗੀ ਇਹ ਵੀ ਲੋਕਾਂ ਨੇ ਮੰਡਿਟ ਦਿੱਤਾ ਇਹ ਵੀ ਲੋਕਾਂ ਨੇ ਸਪਸ਼ਟ ਕੀਤਾ ਹੈ ਜਨ ਅਦੇਸ਼ ਅੰਦਰ 2024 મોદી ਜੀ ਵੀ ਆਉਣਗੇ ਤੇ 400 ਸੀਟਾਂ ਦੇ ਨਾਲ ਆਉਣਗੇ ਮੈਂ ਫਿਰ ਤੋਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਸਭ ਨੂੰ ਵਧਾਈ ਦਿੰਦਾ ਹੈ ਇਹ ਜਿੱਤ ਭਾਰਤ ਦੇ ਲੋਕਾਂ ਦੀ ਜਿੱਤ ਹੈ ਭਾਰਤ ਜਨਤਾ ਪਾਰਟੀ ਜਿੱਤ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿੱਤ ਹੈ Madhya Pradesh ਹੋਵੇ Rajasthan ਹੋਵੇ Chhattisgarh ਹੋਵੇ ਸਾਰੇ ਸੂਬਿਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਵੱਡਾ ਬੋਮਤ ਦਿੱਤਾ ਇਥੋਂ ਤੱਕ ਪੇਲਾਂ ਗੰਗਾ ਅੰਦਰ ਵੀ 8 ਤੋਂ ਜ਼ਿਆਦਾ ਸੀਟਾਂ ਦੇ ਭਾਜਪਾ ਜਿੱਤ ਰਹੀ ਹੈ ਔਰ ਬਹੁਤ ਵੱਡੇ ਮਾਰਜਨ ਦੇ ਨਾਲ ਵੋਟਾਂ ਦੇ ਅੰਦਰ ਇਜ਼ਾਫਾ ਹੋਇਆ ਹੈ ਜਿਹਦੀ ਮੈਂ ਵਧਾਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਔਰ ਭਾਰਤੀ ਜਨਤਾ ਪਾਰਟੀ ਦੇ ਮੂਲ ਤੇ ਕਾਰਜਕਰਤਾ ਤੱਕ ਦੇ ਸਭ ਨੂੰ ਵਧਾਈ ਦਿੰਦਾ ਹੈ ਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਾ ਹੈ ਇਹ ਜਿੱਤ ਦੇਸ਼ ਦੇ ਲੋਕਾਂ ਦੀ ਜਿੱਤ ਹੈ ਦੇਸ਼ ਅੱਗੇ ਵਧ ਰਿਹਾ ਹੈ ਸੂਬੇ ਅੱਗੇ ਵਧ ਰਹੇ ਨੇ ਔਰ ਉਹਨਾਂ ਨੇ ਮੋਦੀ ਜੀ ਦੀ ਗਾਰੰਟੀ ਤੇ ਵਿਸ਼ਵਾਸ ਜਤਾਇਆ ਹੈ ਜਿਹੜੀ ਗੱਲ ਮੋਦੀ ਜੀ ਕਹਿੰਦੇ ਸੀ ਮੇਰਾ ਮੋਦੀ ਦਾ ਮਤਲਬ ਗਾਰੰਟੀ ਲੋਕਾਂ ਨੇ ਮੰਨਿਆ ਹੈ ਦੂਜੇ ਪਾਸੇ ਕਾਂਗਰਸ ਦੀ ਔਰ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਸੀ ਦੋਵਾਂ ਦੀਆਂ ਗਰੰਟੀਆਂ ਨੂੰ ਲੋਕਾਂ ਨੇ ਕਾਗਜ਼ ਤੋਂ ਹੀ ਹੌਲਾ ਸਮਝ ਕੇ ਚੁੱਕ ਕੇ ਡਸਟਬਿੰਟ ਸੁੱਟ ਦਿੱਤਾ ਇਹ ਨਾ ਕੇਵਲ 2023 ਦੀ ਵਿਧਾਨ ਸਭਾ ਦੀ ਚੋਣ ਆ ਬਲਕਿ 2024 ਦੇ ਅੰਦਰ ਬੀਜੇਪੀ 400 ਤੋਂ ਵੱਧ ਸੀਟਾਂ ਦੇ ਨਾਲ ਆਊਗੀ ਇਹ ਵੀ ਲੋਕਾਂ ਨੇ ਮੰਡਟ ਦਿੱਤਾ ਇਹ ਵੀ ਲੋਕਾਂ ਨੇ ਸਪਸ਼ਟ ਕੀਤਾ ਹੈ ਜਨ ਅਦੇਸ਼ ਅੰਦਰ 2024 મોદી ਚ ਵੀ ਆਉਣਗੇ ਤੇ 400 ਸੀਟਾਂ ਦੇ ਨਾਲ ਆਉਣਗੇ ਮੈਂ ਫਿਰ ਤੋਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਸਭ ਨੂੰ ਵਧਾਈ ਦਿੰਦਾ ਇਹ ਜਿੱਤ ਭਾਰਤ ਦੇ ਲੋਕਾਂ ਦੀ ਜਿੱਤ ਆ ਭਾਰਤ ਜਨਤਾ ਪਾਰਟੀ ਜਿੱਤ ਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿੱਤ ਹੈ